ਫਿਰ ਕੇਕ ਤੁਹਾਡੇ ਇੱਥੋਂ ਕੀ ਸਪਲਾਈ ਹੋ ਰਿਹਾ? ਪਰ ਅੱਜ ਮਤਲਬ ਕਿ ਹੁਣੀ ਫੋਨ ਆਇਆ ਕਿ ਕੇਕ ਔਨਲਾਈਨ ਦੇਣਾ ਕੇਕ, ਠੀਕ ਹੈ ਅਸੀਂ ਦੇਖਦਾ, ਪਰ ਇੱਦਾਂ ਸਾਡਾ ਪਰਮਾਨੈਂਟ ਕੋਈ ਉੱਦਾਂ ਨਹੀਂ ਹੈ ਕਿ ਜਿਵੇਂ ਹੁਣ ਸਾਨੂੰ ਕਹਿ ਰਹੇ ਕਿ ਕੇਕ ਤੁਹਾਡੇ ਵੱਲੋਂ ਗਿਆ 24 ਤਰੀਕ, ਇਸ ਤਰ੍ਹਾਂ ਕਹਾਂਗੇ ਜੇ ਸਾਡੇ ਵੱਲੋਂ ਗਿਆ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕਢਾ ਦਿਓ, ਸਾਡੀ ਵੀ ਕਢਾ ਦਿਓ, ਜਿਨ੍ਹਾਂ ਨੇ ਔਡਰ ਕੀਤਾ ਉਹਨਾਂ ਦੀ। ਹੋ ਸਕਦਾ ਤੁਸੀਂ ਕੈਸ਼ ਆਨ ਡਿਲੀਵਰੀ ਦਿੱਤਾ ਹੋਵੇ ਕੇਕ, ਹੋ ਸਕਦਾ ਕੈਸ਼ ਆਨ ਡਿਲੀਵਰੀ। ਪਰ ਸਵਾਲ ਇਹ ਹੈ, ਸਵਾਲ ਇਹ ਹੈ ਜੀ, ਜਿਹੜਾ ਉੱਥੇ ਕਾਨਾ ਬੇਕਰ ਰਜਿਸਟਰਡ ਹੈ ਉਹਦੇ ਵਿੱਚ GST ਨੰਬਰ ਤੁਹਾਡਾ? ਸਾਡਾ ਨਹੀਂ। ਉਹਦੇ ਵਿੱਚ FSSI ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ? ਸਾਡਾ ਨਹੀਂ। ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਜਿਹੜੇ ਦਿਖਾ ਰਹੇ ਨੇ? ਸਾਡਾ ਮੈਚ ਕੋਈ ਨਹੀਂ ਕੀਤਾ ਹੋਇਆ ਨਾ ਸਾਡੇ ਕੋਲ। ਕੋਈ ਵੀ ਕਾਨਾ ਬੇਕਰ ਤੇ ਜੇਕਰ ਆਰਡਰ ਕਰਦਾ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈਣ? ਸਰ ਉਹ ਪਟਿਆਲੇ 'ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਜੀ, ਚਾਹੇ ਹੋਮ ਆਪਣਾ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਵਿੱਚ ਪਵਾ ਦਿੰਦੇ ਨੇ ਜੀ, ਉੱਥੋਂ ਪਵਾ ਦਿੰਦੇ। ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ? ਕਿਹੜਾ ਜੀ? ਜਿਹੜਾ ਉਹ ਕੇਕ? ਨਹੀਂ ਨਹੀਂ ਨਹੀਂ, ਉਹ ਸਾਡਾ ਕੇਕ ਨਹੀਂ। ਉਸ ਦਿਨ ਸਾਡਾ ਕੋਈ ਕੇਕ ਗਿਆ ਵੀ 24 ਤਰੀਕ ਨੂੰ ਨਾ, ਉਸ ਦਿਨ ਉਹਨਾਂ ਨੇ ਕੇਕਾਂ ਦਾ ਆਰਡਰ ਆਇਆ। ਮਤਲਬ ਕਹਿੰਦਾ ਵੀ ਪੀਲੀ ਸੜਕ ਰਾਮਪੁਰ ਜਾਂ ਰੋਡ ਕੇਕਾਂ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਕਰ ਦਿੰਦੇ ਆ ਸਰ, 5 ਪੈਸੇ ਐਡਰੈਸ ਕਿਉਂ ਤੋਂ ਦੰਦਾ ਫਿਰ ਉਹ ਤਾਂ ਅੱਜ ਨਾਲ ਵੀ ਕਰਾਇਆ ਨਾ ਜੀ, ਤੇ ਉਸ ਦਿਨ ਵਾਲੇ ਦੇ ਐਡਰੈਸ ਉਹਨਾਂ ਕੋਲ 5 ਕੇਕ ਤੁਹਾਡੇ ਕੋਲ ਹੀ ਗਏ। ਸਰ ਅਸਾਂ ਮੇਰੀ ਇੱਕ ਛੋਟੀ ਜਿਹੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਕੇਕ ਤੁਹਾਡਾ ਨਹੀਂ ਸੀਗਾ, ਬਾਕੀ ਕੇਕ ਤੁਹਾਡੇ ਹੁੰਦੇ ਆ? ਨਹੀਂ ਸਰ, ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਅੱਜ ਤੱਕ। ਅੱਜ ਤਾਂ ਸਾਨੂੰ ਪਹਿਲੀ ਵਾਰ ਅੱਜ ਕਿਹਾ ਕਿ ਕੇਕ ਆਇਆ ਜੋਮੈਟੋ ਲਈ ਆਇਆ ਸੀ ਕਿ ਕੇਕ ਆਰਡਰ ਤੁਹਾਡੇ ਵੱਲੋਂ ਆਇਆ ਕਿ ਪਿਕ ਕਰਾ ਲਓ, ਪਰ ਸਾਡਾ ਕੋਈ ਇੱਦਾਂ 24 ਤਰੀਕ ਦਾ ਕੋਈ ਕੇਕ ਨਹੀਂ ਸਾਂਦਾ। ਅਸੀਂ ਕਹਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ, ਉੱਥੇ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ। ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜੋਮੈਟੋ, ਉਸਨੇ ਵੀ ਆ ਕੇ ਬਿਆਨ ਕਰ ਦਿੱਤਾ ਕਿ ਤੁਸੀਂ ਇਹ ਪਟਿਆਲਾ ਤੁਸੀਂ ਸਾਨੂੰ ਜਿੱਥੋਂ ਲੋਕੇਸ਼ਨ ਆਉਂਦੀ ਹੈ ਉੱਥੋਂ ਕੇਕ ਪਿਕ ਕਰਦੇ ਹਾਂ ਇਸ ਐਡਰੈਸ ਤੋਂ ਕੇਕਾਂ ਨਾਲ। ਅਤੇ ਕੀ ਚੀਜ਼ ਹੈ ਕਾਨਾ ਬੇਕਰ, ਕੀ ਚੀਜ਼ ਹੈ? ਸਰ ਸਾਨੂੰ ਕੁਛ ਨਹੀਂ ਪਤਾ, ਸਾਨੂੰ ਤਾਂ ਦੇਖੋ ਫੋਨ ਆ ਜਾਂਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਇਸ ਐਡਰੈਸ 'ਤੇ ਸੇ ਕੇਕ ਦੇਣਾ ਜੀ, ਇਸ ਐਡਰੈਸ 'ਤੇ ਦੇਣਾ ਜਾਂ ਪੇਮੈਂਟ ਆਹ ਚੀਜ਼ ਆ ਚੀਜ਼। ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਕੇਕ? ਨਹੀਂ ਨਹੀਂ ਸਰ, ਖੁਦ ਉਹਨਾਂ ਬੰਦੇ ਲੈਣਾ ਹੁੰਦਾ ਕਿ ਸਾਡਾ ਕੇਕ ਮਤਲਬ ਲੈਣ ਆ ਰਿਹਾ। ਕੌਣ ਲੈਣਾ ਹੁੰਦਾ? ਚਾਹੇ ਕੋਈ ਜੋਮੈਟੋ ਆ ਗਿਆ, ਕਦੀ ਕੋਈ ਆ ਗਿਆ ਪਰਸਨ ਆ ਗਿਆ, ਕਈ ਐਡਰੈਸ 'ਤੇ ਵੀ ਆਉਂਦੇ ਨੇ ਸਰ। ਤੁਹਾਡੇ ਕਿੱਥੋਂ ਆਉਂਦੇ ਜੀ ਫਿਰ? ਜਿਹੜਾ ਕਾਨਾ ਬੇਕਰ ਨੂੰ ਕੇਕ ਮਿਲਦਾ ਰਸੀਵ ਨਹੀਂ ਨਹੀਂ ਕੇਕ ਕਾਨਾ ਦਾ ਤਾਂ ਅੱਜ ਆਇਆ ਨਾ ਜੀ, ਕੇਕ ਕਾਨਾ ਤਾਂ ਪਹਿਲਾਂ ਕਹਿ ਰਿਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਜੀਡੈਂਸ ਤੋਂ ਫੋਨ ਆ ਜਾਂਦਾ ਤਾਂ ਅਸੀਂ ਕੇਕ ਕਰਨੇ, ਉਹ ਤੁਸੀਂ ਦੇ ਦਿੰਦੇ ਹੋ, ਪਰ ਜਿਹੜਾ ਇਹ ਕੇਕ 24 ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ, ਸਾਡੇ ਕੋਈ ਨਹੀਂ ਕਹੇਗਾ ਜੀ, ਨਾ ਉਹਨਾਂ ਕੋਲ ਉਹ ਚੀਜ਼ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ, ਨਾ ਸਾਡਾ ਉੱਥੇ ਕੋਈ ਬੈਨਰ ਹੋਏਗਾ ਸਾਡਾ ਜਾਂ ਪਹਿਲਾਂ ਵੀ ਸਾਡਾ ਇੰਡੀਆ ਵਿੱਚ ਜਾਂਦਾ ਜੀ। ਸਰ ਜਿਹੜਾ ਬਿੱਲ ਕੱਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕੱਟਿਆ, ਉਹਦੇ 'ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ, ਅਦਾਲਤ ਬਾਜ਼ਾਰ ਆ ਰਿਹਾ ਕਾਨਾ ਬੇਕਰ, ਪੀਲੀ ਸੜਕ ਆ ਰਿਹਾ, ਪੀਲੀ ਸੜਕ ਆ ਰਿਹਾ ਜੀ 246। ਜੋਮੈਟੋ ਨਾਲ ਉਹਦੇ ਨਾਲ ਗੱਲ ਵੀ ਕੀਤੀ, ਉਹ ਚਹਿਲ ਬੇਕਰੀ ਕੋਲ ਕਹਿ ਰਿਹਾ ਜੀ, ਚਹਿਲ ਕੁਆਟਰ ਨੂੰ ਕੋਈ ਨਹੀਂ, 246 ਐਡਰੈਸ ਹੈ 246 ਪੀਲੀ ਸੜਕ, ਤੁਹਾਡਾ 246 ਸਾਡਾ 246 ਸਾਡਾ ਉੱਥੇ, ਇਹ ਤਾਂ ਅਸੀਂ ਸਰ ਪਰਸੋਂ ਸ਼ੇਵਲ ਐਡਰੈਸ ਕੀ ਹੈ, ਇਹ ਸਾਡਾ ਨਹੀਂ, ਸਾਡਾ ਉੱਥੇ ਜੀ ਐਡਰੈਸ ਕੀ ਹੈ, ਐਡਰੈਸ ਕੀ ਹੈ 34 ਨੰਬਰ ਸਾਹਮਣੇ ਪੀਲੀ ਸੜਕ ਸਰ, ਇਹਦਾ ਐਡਰੈਸ ਕੀ ਹੈ ਦੁਕਾਨ ਦਾ? ਹਾਂਜੀ 37 ਬਟਾ ਜੀ, ਸਾਡੇ ਨਾਲ ਕੋਈ ਲਿੰਕ ਨਹੀਂ ਕੇਕਾਂ ਦਾ ਜੀ। ਹਾਂਜੀ ਤੁਸੀਂ ਫੋਨ ਆ ਕੇ ਕੇਕ ਦੇ ਦਿੰਦਾ ਸਾਡੇ, ਅੱਜ ਕੇਕ ਜੀ ਆਇਆ ਫੋਨ ਕਲੀਅਰ ਤੋਂ ਦੇਖ ਦਾ ਸਾਡਾ, ਪਰ ਇੱਦਾਂ ਕੋਈ ਨਹੀਂ ਕਿ ਸਾਡਾ ਵੀ ਆਪਣੀ ਜੋਮੈਟੋ ਵੀ ਆ ਚੱਲੇ, ਸਾਡੇ ਆਪਣੀ ਇੰਡੀਆ ਵਿੱਚ ਵੀ ਜੋਮੈਟੋ ਦੇ ਆ ਕੋਈ ਨਹੀਂ। ਅਤੇ ਫਿਰ ਇਹ ਕੇਕ ਤੁਹਾਡੇ ਇੱਥੋਂ ਕੀ ਸਪਲਾਈ ਹੋ ਰਿਹਾ? ਪਰ ਅੱਜ ਮਤਲਬ ਕਿ ਹੁਣੀ ਫੋਨ ਆਇਆ ਕਿ ਕੇਕ ਔਨਲਾਈਨ ਦੇਣਾ ਕੇਕ, ਠੀਕ ਹੈ ਅਸੀਂ ਦੇਖਦਾ, ਪਰ ਇੱਦਾਂ ਸਾਡਾ ਪਰਮਾਨੈਂਟ ਕੋਈ ਉੱਦਾਂ ਨਹੀਂ ਹੈ ਕਿ ਜਿਵੇਂ ਹੁਣ ਸਾਨੂੰ ਕਹਿ ਰਹੇ ਕਿ ਕੇਕ ਤੁਹਾਡੇ ਵੱਲੋਂ ਗਿਆ 24 ਤਰੀਕ, ਇਸ ਤਰ੍ਹਾਂ ਇਹ ਕਹਾਂਗੇ ਜੇ ਸਾਡੇ ਵੱਲੋਂ ਗਿਆ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕਢਾ ਦਿਓ, ਸਾਡੀ ਵੀ ਕਢਾ ਦਿਓ, ਜਿਨ੍ਹਾਂ ਨੇ ਔਡਰ ਕੀਤਾ ਉਹਨਾਂ ਦੀ। ਹੋ ਸਕਦਾ ਤੁਸੀਂ ਕੈਸ਼ ਆਨ ਡਿਲੀਵਰੀ ਦਿੱਤਾ ਹੋਵੇ ਕੇਕ, ਹੋ ਸਕਦਾ ਕੈਸ਼ ਆਨ ਡਿਲੀਵਰੀ? ਪਰ ਸਵਾਲ ਇਹ ਹੈ, ਸਵਾਲ ਇਹ ਹੈ ਜੀ, ਜਿਹੜਾ ਉੱਥੇ ਕਾਨਾ ਬੇਕਰ ਰਜਿਸਟਰਡ ਹੈ ਉਹਦੇ ਵਿੱਚ GST ਨੰਬਰ ਤੁਹਾਡਾ? ਸਾਡਾ ਨਹੀਂ। ਉਹਦੇ ਵਿੱਚ FSSI ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ? ਸਾਡਾ ਨਹੀਂ। ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਜਿਹੜੇ ਦਿਖਾ ਰਹੇ ਨੇ? ਸਾਡਾ ਮੈਚ ਕੋਈ ਨਹੀਂ ਕੀਤਾ ਹੋਇਆ ਨਾ ਸਾਡੇ ਕੋਲ। ਕੋਈ ਵੀ ਕਾਨਾ ਬੇਕਰ ਤੇ ਜੇਕਰ ਆਰਡਰ ਕਰਦਾ ਤਾਂ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈਣ? ਸਰ ਉਹ ਪਟਿਆਲੇ 'ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ, ਚਾਹੇ ਹੋਮ ਆਪਣਾ ਜਿਹੜੇ ਹੋਮ ਮੇਕਰ ਆਉਂਦੇ ਨੇ ਕੇਕ ਉਹ ਵਿੱਚ ਪਵਾ ਦਿੰਦੇ ਨੇ, ਉੱਥੋਂ ਪਵਾ ਦਿੰਦੇ। ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ?
ਕਿਹੜਾ ਜੀ? ਜਿਹੜਾ ਉਹ ਕੇਕ ਨਹੀਂ 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 ਸਾਡਾ ਕੇਕ ਨਹੀਂ, ਉਸ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ, ਨਾ ਉਹ ਦਿਨ ਉਹਨਾਂ ਨੇ ਕੇਕਾਂ ਦਾ ਆਰਡਰ ਆਇਆ। ਮਤਲਬ ਕਹਿੰਦਾ ਵੀ ਮੀਲੀ ਸੜਕ ਰਾਤ ਜਾਂ ਰੋਡ ਤੋਂ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਬਾਈ ਤਾਂ ਕਰਨ ਦੇ ਆ ਸਰ ਪੰਜ ਪਿੱਛੇ। ਐਡਰੈਸ ਕਿਉਂ ਤੋਂ ਦੰਦਾ? ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਕੇਕ ਤੁਹਾਡਾ ਨਹੀਂ ਸੀਗਾ, ਬਾਕੀ ਕੇਕ ਤੁਹਾਡੇ ਹੁੰਦੇ ਆ? ਨਹੀਂ ਸਰ, ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਅੱਜ ਤੱਕ। ਅੱਜ ਤਾਂ ਸਾਨੂੰ ਪਹਿਲੀ ਵਾਰ ਕਿਹਾ ਕੇਕ ਆਇਆ, ਜੋਮੈਟੋ ਲਈ ਆਇਆ ਸੀ ਕੇਕ ਆਰਡਰ ਤੁਹਾਡੇ ਵੱਲੋਂ ਆਇਆ ਕੇਕ ਪਿੱਕ ਕਰਾ ਲਓ, ਪਰ ਸਾਡਾ ਕੋਈ ਇੱਦਾਂ 24 ਤਰੀਕ ਦਾ ਕੋਈ ਕੇਕ ਨਹੀਂ ਸਾਂਦਾ ਜੀ। ਕਹਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ, ਉੱਥੇ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ। ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜੋਮੈਟ, ਉਸਨੇ ਵੀ ਆ ਕੇ ਬਿਆਨ ਖੁਦ ਦਿੱਤਾ ਹੈ ਕਿ ਤੁਸੀਂ ਇਹ ਪਟਿਆਲਾ ਅਸੀਂ ਸਾਨੂੰ ਜਿੱਥੋਂ ਲੋਕੇਸ਼ਨ ਆਉਂਦੀ ਸੀ ਉੱਥੋਂ ਕੇਕ ਪਿੱਕ ਕਰਦੇ ਹਾਂ ਇਸ ਐਡਰੈਸ 'ਤੇ ਕੇਕਾਂ ਨਾਲ। ਅਤੇ ਕੀ ਚੀਜ਼ ਹੈ ਕਾਨਾ ਬੇਕਰ, ਕੀ ਚੀਜ਼ ਹੈ? ਸਰ ਸਾਨੂੰ ਕੁਛ ਨਹੀਂ ਪਤਾ, ਸਾਨੂੰ ਤਾਂ ਦੇਖੋ ਫੋਨ ਆ ਜਾਂਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਪੂਰਾ ਹੁੰਦੇ ਹਾਂ, ਇਸ ਐਡਰੈਸ 'ਤੇ ਕੇਕ ਦੇਣਾ ਜੀ, ਇਸ ਐਡਰੈਸ 'ਤੇ ਦੇਣਾ ਜਾਂ ਪੇਮੈਂਟ ਆਹ ਚੀਜ਼ ਆ ਚੀਜ਼। ਤੁਸੀਂ ਐਡਰੈਸ ਖੁਦ ਪਹੁੰਚਾਉਂਦੇ ਹੋ ਕੇਕ? ਨਹੀਂ ਨਹੀਂ ਸਰ, ਖੁਦ ਉਹਨਾਂ ਬੰਦੇ ਲੈਣ ਆਉਂਦੇ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ। ਕੌਣ ਲੈਣਾ? ਚਾਹੇ ਕੋਈ ਜੋਮੈਟੋ ਆ ਗਿਆ, ਕਦੇ ਕੋਈ ਆ ਗਿਆ ਪਰਸਨ ਆ ਗਿਆ, ਕਈ ਐਡਰੈਸ 'ਤੇ ਵੀ ਆਉਂਦੇ ਨੇ। ਸਰ ਤੁਹਾਡੇ ਕਿੱਥੋਂ ਆਉਂਦੇ ਜੀ ਫਿਰ? ਜਿਹੜਾ ਕਾਨਾ ਬੇਕਰ ਨੂੰ ਕੇਕ ਮਿਲਦਾ ਹੈ ਰਸੀਦ? ਨਹੀਂ ਨਹੀਂ, ਕੇਕ ਕਾਨਾ ਦਾ ਤਾਂ ਅੱਜ ਆਇਆ ਨਾ ਜੀ, ਕੇਕ ਕਾਨਾ ਤਾਂ ਪਹਿਲਾਂ ਕਹਿ ਰਿਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਜੀਡੈਂਸ ਤੋਂ ਫੋਨ ਆਏਗਾ ਤਾਂ ਅਸੀਂ ਕੇਕ ਦੇ ਦਿੰਦੇ। ਉਹ ਤੁਸੀਂ ਦੇ ਦਿੰਦੇ ਹੋ, ਪਰ ਜਿਹੜਾ ਇਹ ਕੇਕ 24 ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ, ਸਾਡੇ ਕੋਈ ਨਹੀਂ ਕਹੇਗਾ ਜੀ, ਨਾ ਉਹਨਾਂ ਕੋਲ ਚੀਜ਼ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ, ਨਾ ਸਾਡਾ ਉੱਥੇ ਕੋਈ ਬੈਨਰ ਹੋਏਗਾ ਸਾਡਾ, ਜੇ ਥੈਲਾ ਵੀ ਸਾਡਾ ਇੰਡੀਆ ਵਿੱਚ ਜਾਂਦਾ ਜੀ। ਉਹ ਸਰ ਜਿਹੜਾ ਬਿੱਲ ਕੱਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕੱਟਿਆ, ਉਹਦੇ 'ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ ਰੋਡ, ਅਦਾਲਤ ਬਾਜ਼ਾਰ ਆ ਕਾਨਾ ਬੇਕਰ ਪੀਲੀ ਸੜਕ ਆ ਰਿਹਾ ਪੀਲੀ ਸੜਕ ਆ ਰਿਹਾ ਜੀ 246। ਜੋਮੈਟੋ ਨਾਲ ਉਹਦੇ ਨਾਲ ਗੱਲ ਵੀ ਕੀਤੀ, ਉਹ ਚਹਿਲ ਬੇਕਰੀ ਕੋਲ ਗਿਆ ਰਿਹਾ ਸੀ, ਚਹਿਲ ਕੁਆਟਰ ਕੋਲ ਕੋਈ ਨਹੀਂ। ਨਹੀਂ 246 ਐਡਰੈਸ ਹੈ 246 ਪੀਲੀ ਸੜਕ, ਤੁਹਾਡਾ 246 246 ਸਾਡਾ ਉੱਥੇ, ਇਹ ਤਾਂ ਅਸੀਂ ਸਰ ਪਰਸੋਂ ਕੇਵਲ ਐਡਰੈਸ ਕੀ ਹੈ ਇਹ ਸਾਡਾ ਨਹੀਂ, ਸਾਡਾ ਉੱਥੇ ਇਹ ਐਡਰੈਸ, ਇਹਦਾ ਐਡਰੈਸ ਕੀ ਹੈ? 34 ਨੰਬਰ ਸਾਹਮਣੇ ਪੀਲੀ ਸੜਕ ਸਰ, ਇਹਦਾ ਐਡਰੈਸ ਕੀ ਹੈ ਦੁਕਾਨ ਦਾ? ਦੁਕਾਨ ਦਾ 138 ਬਟਾ ਜੀ।